ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਰਪਰ ਸਿੰਘ ਸਿੰਘ ਮਠਾੜੂ ਦੇ ਲੈ ਕੇ ਹਾਜ਼ਰ ਹੋਇਆ ਜੀ ਅੱਜ ਸਵੇਰ ਦੀਆਂ ਤਾਜ਼ਾ ਵੱਡੀਆਂ ਖਬਰਾਂ ਖਬਰਾਂ ਸਾਰੀਆਂ ਬਹੁਤ ਹੀ ਮਹੱਤਵਪੂਰਨ ਇਸ ਲਈ ਸਾਰੀਆਂ ਖਬਰਾਂ ਨੂੰ ਵਾਤਵਾ ਦੇਖਣਾ ਤੇ ਸ਼ੇਅਰ ਕਰਨਾ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਪਹਿਲੇ ਇੱਕ ਵਾਰੀ ਨਿੱਕੀ ਜੀ ਨਜ਼ਰ ਮਾਰ ਲੈਨੇ ਆ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਪਨਪਾਸ ਤੇ ਪੀਆਰਟੀਸੀ ਵੱਲੋਂ 26 ਜੁਲਾਈ ਨੂੰ ਬੱਸ ਸਟੈਂਡ ਬੰਦ ਕਰਕੇ ਕੀਤਾ ਜਾਵੇਗਾ ਦੋਸਤ ਪਰਦਸ਼ਾ ਜਣੇ ਕਿ ਅੱਜ ਭਾਜੁਰਗਾ ਲਈ 16 ਜ਼ਿਲ੍ਹੇ ਚ ਵਿਰਦ ਘਰ ਖੋਲਣ ਤੇ ਚਲਾਉਣ ਲਈ ਪੰਜਾਬ ਸਰਕਾਰ ਦੇਵੇਗੀ ਗ੍ਰਾਂਟ ਕਾਲਾ ਸੰਜਗਤਤਾ ਤੇ ਆਮ ਆਦਮੀ ਪਾਰਟੀ ਵਿੱਚ ਹੋਵੇਗਾ ਗੱਠਜੋੜ ਨਵਜੋਤ ਸਿੱਧੂ ਦੇ ਵਿਰਦ ਤੇ ਪੜ ਕੇ ਕਿਸਾਨ ਅਜਿਹੇ ਬਿਆਨ ਹੰਕਾਰਿਆ ਤੇ ਲੋਕ ਵਿਰੋਧੀ ਮਾਨਸਿਕਤਾ ਵਾਲਾ ਹੀ ਦੇ ਸਕਦਾ ਹੈ ਹੁਣ ਕੈਪਟਨ ਦੀ ਵਾਰੀ ਪੰਜਾਬ ਕਾਂਗਰਸ ਦੇ ਮੁਖੀ ਬਦਲਣ ਤੋਂ ਬਾਅਦ ਜਲਦੀ ਹੀ ਕੈਬਨਟ 'ਚ ਤਬਦੀਲੀ ਦੇ ਆਸਾਰ ਸਿੱਧੂ ਪੱਕੀ ਵਧਾਇਕਾਂ ਤੇ ਰਹੇਗੀ ਨਜ਼ਰ ਕੁਝ ਖਬਰਾਂ ਅਗਾਂਹਵਤ ਵਿੱਚ ਲੱਖਾਂ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਜਾਣਗੇ 225000 ਰੁਪਏ ਜਾਣੋ ਕਿਉਂ ਅਤੇ ਕਿਵੇਂ ਐਸਬੀਆਈ ਦੀ 1800 ਸਾਮਿਆਂ ਦੀ ਪਾਟਲੀ 26 ਜੁਲਾਈ ਆਖਰੀ ਤਰੀਕ ਗ੍ਰੈਜੂਏਟ ਕਰ ਸਕਦੇ ਨੇ ਅਪਲਾਈ ਹਰਿਆਣਾ 15 ਗੱਤ ਤੋਂ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਈ ਟ੍ਰੈਕਟਰ ਤੇ 600 ਕਿਸਾਨਾਂ ਨੂੰ ਮਿਲੇਗੀ 25% ਦੀ ਛੋਟ ਸਰਕਾਰ ਵੱਲੋਂ ਸੰਸਦ ਦੇ ਮਾਨਸੂਨ ਛੇਸ਼ਣ ਚ ਬੈਲੀ ਸੋਧ ਬਿਲ 2021 ਪਾਸ ਕਰਵਾਉਣ ਦੀ ਤਿਆਰੀ ਪੰਜਾਬ ਬੀਲੇ ਪາກ ਵਿੱਚ ਭਾਰਤ ਲਈ ਆਖਰੀ ਮਿਤੀ 'ਚ ਹੋਇਆ ਵਾਅਦਾ ਟਿਕਾਏਤ ਨੇ ਮੋਦੀ ਸਰਕਾਰ ਨੂੰ ਦਿੱਤੀ ਵੱਡੀ ਚੇਤਾਵਨੀ ਅਗਲੇ 35 ਮਹੀਨਿਆਂ ਦੀ ਫੁੱਲ ਤਿਆਰੀ ਯੂਏਈ ਨੇ ਭਾਰਤ ਨੂੰ ਦਾਨ ਤੇ ਲੱਗੀ پابੰਦੀ ਦੀ ਮਿਆਦ ਵਧਾਈ ਤਾ ਦੋਸਤੋ ਅੱਜ ਵੀ ਆਪਣੇ ਸਮੇਂ ਦੀਆਂ ਚੌਣਵੀਆਂ ਖਬਰਾਂ ਤੇ ਹੁਣ ਗੱਲਬਾਤ ਕਰਾਂਗੇ ਜਿਹਨਾਂ ਖਬਰਾਂ ਦੇ ਵਿਸਤਾਰ ਨਾਲ ਉਸ ਤੋਂ ਪਹਿਲਾਂ ਜਿਹਨਾਂ ਦੋਸਤਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਾ ਲੈਣ ਤਾਂ ਜੋ ਜਿਹੜੀਆਂ ਅਸੀਂ ਖਬਰਾਂ ਪਾਏ ਕਰਾਂਗੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੂਗੀ ਤੇ ਦੂਜੀ ਖਬਰ ਕਿ ਜੇ ਤੁਹਾਨੂੰ ਸਾਡੇ ਤੋਂ ਸਾਡੇ ਜਾਣਕਾਰੀ ਵਧੀਆ ਲੱਗਦੀ ਤੇ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਵਾਰ ਤੋਂ ਵਾਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਹੁਣ ਗੱਲ ਕਰਦੇ ਹਾਂ ਜੀ ਇਸ ਸਮੇਂ ਦੀ ਪਹਿਲੀ ਵੱਡੀ ਅਪਡੇਟ ਦੀ ਕਿ ਪੰਨ ਬਸਤੀ ਪੀਆਰਟੀਸੀ ਵੱਲੋਂ 26 ਜੁਲਾਈ ਜਣ ਕੇ ਅੱਜ ਬੱਸ ਸਟੈਂਡ ਬੰਦ ਕਰਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ਅੱਜ ਪੰਜ ਆਰ ਰੋਡ ਵਿੱਚ ਪੰਨ ਬੱਸ ਕੰਡਕਟਰ ਵਰਗ ਯੂਨੀਅਨ ਪੰਜਾਬ ਅਤੇ ਪੀ ਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਜਲੰਧਰ ਬੱਸ ਸਟੈਂਡ ਵਿਖੇ ਸੂਬਾ ਪੱਧਰੀ ਮੀਟਿੰਗ ਹੋਈ ਹੈ ਤੇ ਮੀਟਿੰਗ ਦੀ ਪ੍ਰਧਾਨਗੀ ਰੇਸ਼ਮ ਸਿੰਘ ਗੱਲ ਨੇ ਕੀਤੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪਹਿਲੀ ਵਾਰ ਕੈਮਰਟ ਵਿੱਚ ਪੱਕਾ ਕਰਨ ਦਾ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ ਪਰ ਅੱਜ 4.5 ਸਾਲ ਬੀਤ ਜਾਣ ਦੇ ਬਾਅਦ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਡਾਂਗਾਂ ਨਾਲ ਘੋਟਿਆ ਜਾ ਰਿਹਾ ਹੈ ਮੰਨਾ ਬਟੰਡੇ ਵਿਕੇ ਟੇਕਾ ਮਲਾਇਮਾ ਸੰਗਤ ਚ ਮੋਰਚਾ ਪੰਜਾਬ ਲੋ ਮਨਪੀਰ ਸਿੰਘ ਬਾਦਲ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਮਲਾਇਮਾਂ ਤੇ ਲਾਠੀ ਚਾਰਜ ਕਰਕੇ ਇਹ ਸਾਬਿਤ ਕੀਤਾ ਹੈ ਕਿ ਸਰਕਾਰ ਸਾਰੇ ਵਾਰਿਆਂ ਤੋਂ ਭੱਜੇ ਤੇ ਪੰਜਾਬ ਦੇ ਲੋਕਾਂ ਦਾ ਮੌਜੂਦਾ ਸਰਕਾਰ ਕੋਲ ਕੋਈ ਹੱਲ ਨਹੀਂ ਇਸ ਲਈ ਜਿਹੜੇ ਅੱਜ ਪੰਜਾਬ ਭਰ ਦੇ ਜਿਹੜੇ ਬੱਸ ਸੜੇ ਹੈਗੇ ਜੀ ਉਹ ਬੰਦ ਕੀਤੇ ਜਾਣਗੇ ਅਬ ਬਜ਼ੁਰਗਾਂ ਲਈ 16 ਜਿਲ੍ਹਾ ਚ ਬਿਰਧ ਘਰ ਖੋਲਣ ਤੇ ਚਲਾਉਣ ਲਈ ਪੰਜਾਬ ਸਰਕਾਰ ਦੇਵੇਗੀ ਗ੍ਰਾਂਟ ਪੰਜਾਬ ਅਤੇ ਸਮਾਜ ਪੰਜਾਬ ਦੇ ਸਮਾਜਿਕ ਸੁਰੱਖਿਆ ਸਿਹਤਰੀ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰਨਾ ਚੌਧਰੀ ਨੇ ਕੱਲ ਇੱਥੇ ਦੱਸਿਆ ਕਿ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਦੀ ਆਪਣੀ ਵਚਨਬੱਧਤਾ ਤਹਿਤ ਪਰਿਵਾਰਾਂ ਨਾਲੋਂ ਵੱਖ ਕੀਤੇ ਬਜ਼ੁਰਗਾਂ ਦੀ ਭਲਾਈ ਵਾਸਤੇ 16 ਜ਼ਿਲ੍ਹੇ ਵਿੱਚ ਬਿਰਧ ਘਰ ਖੋਲ੍ਹਣ ਅਤੇ ਚਲਾਉਣ ਸੰਬੰਧੀ ਅਸ਼ਿਕ ਯੋਗ ਸੰਸਥਾਵਾਂ ਨੂੰ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਗਿਆ ਹੈ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਬਿਰਧ ਦਾ ਘਰ ਪ੍ਰਬੰਧਨ ਸਕੀਮ 2019 ਤਹਿਤ ਸੂਬੇ ਦੇ ਸਾਰੇ ਜ਼ਿਲ੍ਹੇ ਵਿੱਚ ਬਿਰਧ ਘਰ ਖੋਲ੍ਹਣ ਅਤੇ ਸਥਾਪਿਤ ਕਰਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਵਿਭਾਗ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਿਰਧ ਘਰ ਸੀਨੀਅਰ ਸਿਟੀਜ਼ਨ ਹੋਮ ਚਲਾਇਆ ਜਾ ਰਿਹਾ ਤੇ ਜੜ ਕੇ ਮਾਨਸਾ ਤੇ ਬਰਨਾਲਾ ਜ਼ਿਲ੍ਹਾ ਵਿੱਚ ਸਰਕਾਰੀ ਸੀਨੀਅਰ ਸਿਟੀਜ਼ਨ ਹੋਮ ਉਸਾਰੀ ਅਧੀਨ ਨੇ ਉਹਨਾਂ ਦੱਸਿਆ ਕਿ ਬਾਕੀ ਰਹਿੰਦੇ 11 ਜ਼ਿਲ੍ਹਿਆਂ ਵਿੱਚ ਵੀ ਉਮਰ ਦੇ ਆਖਰੀ ਪੜਾ ਤੇ ਪਹੁੰਚੇ ਵਿਅਕਤੀਆਂ ਨੂੰ ਰਹਿਣ ਖਾਣ ਪੀਣ ਕੱਪੜੇ ਸੇ ਸਬੰਧੀ ਸਹੂਲਤਾਂ ਮਹਈਆ ਕਰਵਾਉਣ ਤੇ ਹੋਰ ਜ਼ਰੂਰੀ ਲੋੜਾਂ ਦੀ ਵਿਵਸਥਾ ਕਰਨ ਲਈ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਬਿਰਧ ਘਰ ਚਲਾਉਣ ਵਾਸਤੇ ਗ੍ਰਾਂਟ ਇਨ ਐਡ ਦੇਣ ਦਾ ਫੈਸਲਾ ਰਿਆ ਗਿਆ ਹੈ ਅਕਾਲੀ ਦਲ ਸੰਯੁਕਤ ਅਤੇ ਆਮ ਆਦਮੀ ਪਾਰਟੀ ਦਾ ਹੋਵੇਗਾ ਗੱਠਜੋੜ ਜੀहां ਦੋਸਤੋ ਸ਼੍ਰੋਮਣੀ ਅਕਾਲ ਦਲ ਸੰਯੁਕਤ ਅਤੇ ਆਮ ਆਦਮੀ ਪਾਰਟੀ ਵਿੱਚ ਗੱਠਜੋੜ ਹੋ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਸ ਦਾ ਐਲਾਨ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਵਿੱਚ ਹੋ ਸਕਦਾ ਹੈ ਦੋਵਾਂ ਧਿਰਾਂ ਵਿੱਚ ਸਹਿਮਤੀ ਜਿਹੜੀ ਬਣ ਗਈ ਹੈ ਤੇ 20 ਸੀਟਾਂ ਸ਼੍ਰੋਮਣੀ ਅਕਾਲ ਦਲ ਸੰਯੁਕਤ ਨੂੰ ਦਿੱਤੀਆਂ ਜਾ ਸਕਦੀਆਂ ਨੇ ਨਵਜੋਤ ਸਿੱਧੂ ਦੇ ਬਿਆਨ ਤੇ ਪੜ ਕੇ ਕਿਸਾਨ ਅਜਿਹੇ ਬਿਆਨ ਹੰਕਾਰਿਆ ਤੇ ਲੋਕ ਵਿਰੋਧੀ ਮਾਨਸਿਕਤਾ ਵਾਲਾ ਹੀ ਦੇ ਸਕਦਾ ਹੈ 32 ਜਥੇਬੰਦੀਆਂ ਤੇ ਆਧਾਰਿਤ ਸੰਜੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਾਉਣ ਲਈ ਰੇਲਵੇ ਸਟੇਸ਼ਨ ਤੇ ਲਾਇਆ ਧਰਨਾ ਅੱਜ 298 ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ ਹੈ ਭਾਵੇਂ 26 ਜੁਲਾਈ ਯਾਨੀ ਕਿ ਅੱਜ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ 8 ਮਹੀਨੇ ਪੂਰੇ ਹੋ ਰਹੇ ਨੇ ਐਸਆਰਸੀ ਦੌਰਾਨ ਕਿਸਾਨਾਂ ਨੇ ਮੀਂਹ ਹਨੇਰੀ ਤੂਫਾਨ ਸਰਦੀ ਗਰਮੀ ਹਰ ਤਰ੍ਹਾਂ ਦੀਆਂ ਕੁਦਰਤੀ ਦੀ ਦੁਸ਼ਵਰੀਆਂ ਦਾ ਸਾਹਮਣਾ ਕਰਨ ਤੋਂ ਇਲਾਵਾ ਸਰਕਾਰੀ ਏਜੰਸੀ ਸਰਕਾਰੀ ਸਾਜ਼ਿਚੀ ਚਾਲਾਂ ਅਤੇ ਜ਼ਬਰਦਸਤ ਸਬਰ ਸਿਰਕਤੇ ਸ਼ਾਂਤਮਈ ਤਰੀਕੇ ਨਾਲ ਕੀਤਾ ਕਿਸਾਨ ਅੰਦੋਲਨ ਹਰ ਦਿਨ ਵਧੇਰੇ ਮਜ਼ਬੂਤ ਵਿਆਪਕ ਅਤੇ ਸਰਦਿਹੜ ਤੇ ਸਥਿਰ ਹੁੰਦਾ ਜਾ ਰਿਹਾ ਹੈ ਇਸ ਮੌਕੇ ਸੰਜਬਤ ਕਿਸਾਨ ਮੋਰਚੇ ਨੇ ਵਿਸ਼ੇਸ਼ ਪ੍ਰੋਗਰਾਮ ਲਈ ਕਿਤੇ ਕੱਲ ਨੂੰ ਜੰਤਰ ਮੰਡਲ ਵਿਖੇ ਚੱਲਣ ਵਾਲੀ ਕਿਸਾਨ ਸੰਸਦ ਦੀ ਸਮਾਜਿਕ ਕਾਰਵਾਈ ਔਰਤਾ ਚਲਾਉਣਗੇ ਬਨਾਲਾ ਧਰਨੇ ਦੀ ਸੰਚਾਰ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਕੱਲ ਅੱਜ ਜਾਨਕੀ ਧਰਨੇ ਦੇ ਪੂਰਾ ਸੰਚਾਲਨ ਔਰਤਾਂ ਹੀ ਕਰਨਗੇ ਕਿਉਂਕਿ ਇਸ ਅੰਦੋਲਨ ਵਿੱਚ ਔਰਤਾਂ ਦਾ ਖਾਸ ਯੋਗਦਾਨ ਹੈ ਤੇ ਅੱਜ ਸਿਰਫ ਔਰਤਾਂ ਹੀ ਸੰਬੋਧਨ ਕਰਨਗੇ ਧਰਨੇ ਤੋਂ ਬਾਅਦ ਵਿੱਚ ਸ਼ਹਿਰ ਵਿੱਚ ਰੋਜ਼ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਧਰਨੇ ਨੂੰ ਸੰਬੋਧਨ ਕਰਦੇ ਬੁਲਾ ਰਹੇ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਖੁਦ ਨੂੰ ਖੁਦ ਇਹ ਕਿਸਾਨਾਂ ਨੂੰ ਪਿਆਸੇ ਕਹਿਣ ਵਾਲੇ ਬਿਆਨ ਤੇ ਸਖਤ ਨਿਖੇੜੀ ਕੀਤੀ ਉਹਨਾਂ ਨੇ ਕਿਹਾ ਕਿ ਸਿੱਧੂ ਨੇ ਕਾਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਸਿਰਫ ਕੁਰਸੀ ਲਈ ਅਥਾ ਪਿਆਸ ਦਿਖਾਈ ਜਿਹਹਾ ਬਿਆਨ ਕੋਈ ਹੰਕਾਰਯੋਗ ਲੋਕਪ੍ਰੋਦੀ ਮਾਨਸਿਕਤਾ ਵਾਲਾ ਸ਼ਖਸ ਹੀ ਦੇ ਸਕਦਾ ਕਿਸਾਨ ਆਪਣੀ ਬਲਬੂਤੇ ਤੇ ਖੇਤੀਕ ਨੂੰ ਰੱਦ ਕਰਵਾਉਂਦਾ ਦਾਅਵਾ ਰੱਖਦੇ ਨੇ ਤਾਂ ਸਿੱਧੂ ਨੂੰ ਆਪਣੇ ਇਸ ਬਿਆਨ ਲਈ ਮਾਫੀ ਸਪੱਸ਼ਟ ਸ਼ਬਦਾਂ ਵਿੱਚ ਮੰਗਣੀ ਚਾਹੀਦੀ ਹੈ ਗੋਲਮੁਲ ਗੱਲਾਂ ਨਾਲ ਕਿਸਾਨਾਂ ਨੂੰ ਪਰਮਾ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੁਣ ਕੈਪਟਨ ਦੀ ਵਾਰੀ ਪੰਜਾਬ ਕਾਂਗਰਸ ਦੇ ਮੁਖੀ ਬਦਲਣ ਤੋਂ ਬਾਅਦ ਜਲਦੀ ਹੀ ਕੈਬਨਟ ਵਿੱਚ ਤਬਦੀਲੀ ਦੇ ਅਸਰ ਸਿੱਧੂ ਪੱਕੀ ਵਿਧਾਇਕਾ ਤੇ ਰਹੇਗੀ ਨਜ਼ਰ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਨਦਰ ਸਿੰਘ ਸੰਸਦ ਮੈਂਬਰ ਦੇ ਦਬਾਅ ਤੇ ਸਰਕਾਰ ਸੰਗਠਨ ਵਿਚਾਰੇ ਹਿੰਦੂ ਸਿੱਖ ਸਮਿਕਰਨ ਨੂੰ ਪਛਾੜਦਿਆਂ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਮੁਖੀ ਬਣਾਇਆ ਹੁਣ ਵਾਰੀ ਆ ਗਈ ਹੈ ਮੁੱਖ ਮੰਤਰੀ ਕੈਪਟਨ ਅਮਨਦਰ ਸਿੰਘ ਦੀ ਪੰਜਾਬ ਵਿੱਚ ਮੰਤਰੀ ਮੰਡਲ ਵਿੱਚ ਤਬਦੀਲੀਆਂ ਕੀਤੀਆਂ ਜਾਣ ਕਾਂਗਰਸ ਹਾਈ ਕਮਾਂਡ ਨੇ ਇਸ ਨੂੰ ਆਜ਼ਾਦ ਹੱਥ ਦਿੱਤਾ ਹੈ ਅਜਿਹੀ ਸਥਿਤੀ ਵਿੱਚ ਹਰ ਕਿਸੇ ਦੀ ਨਜ਼ਰ ਇਸ ਪਾਸੇ ਹੈ ਕਿ ਕੈਪਟਨ ਉਹਨਾਂ ਮੰਤਰੀਆਂ ਬਾਰੇ ਕੀ ਫੈਸਲਾ ਲੈਂਦੇ ਨੇ ਜੋ ਸਿੱਧੂ ਦਾ ਖੁੱਲ੍ਹ ਕੇ ਸਮਰਥਨ ਕਰਦੇ ਨੇ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਕੁਝ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਸਕਦੇ ਨੇ ਜਿਨ੍ਹਾਂ ਨਾਲ ਹੀ ਮੰਤਰੀਆਂ ਦੀ ਛੁੱਟੀ ਵੀ ਨਿਸ਼ਚਿਤ ਮੰਨੀ ਜਾ ਰਹੀ ਹੈ ਹਾਲਾਂਕਿ ਫਿਲਹਾਲ ਅਧਿਕਾਰਿਤ ਤੌਰ ਤੇ ਕੁਝ ਨਹੀਂ ਕਿਹਾ ਜਾ ਰਿਹਾ ਕਾਂਗਰਸ ਦੇ ਸੂਤਰਾਂ ਸਰ ਪੰਜਾਬ ਕਾਂਗਰਸ ਦੇ ਮੰਤਰੀ ਮੰਡਲੋ ਦੀ ਤਬਦੀਲੀ ਤੋਂ ਬਾਅਦ ਰਾਜਕੁਮਾਰ 베ਰਕਾ ਤੇ ਰਾਣਾ ਕੇਪੀ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਤੇ 베ਰਕਾ ਅੰਮ੍ਰਿਤਸਰ ਤੋਂ ਵਿਧਾਇਕ ਨੇ ਪੰਜਾਬ ਕਾਂਗਰਸ ਦਾ ਪ੍ਰਮੁੱਖ ਦਲਿਤ ਚਿਹਰਾ ਵੀ ਨੇ ਉਹ ਵੀ ਕੈਪਟਨ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਕੁਝ ਕਬਰੀਆ ਗਰਤ ਵਿੱਚ ਲੱਖ ਕਿਸਾਨ ਦੇ ਖਾਤੇ ਵਿੱਚ ਭੇਜੇ ਜਾਣਗੇ 225000 ਰੁਪਏ ਜਨ ਕਿਉਂ ਅਤੇ ਕਿਵੇਂ ਕਰੋਨਾ ਦੀ ਦੂਜੀ ਲਹਿਰ ਨੇ ਇਸ ਸਾਲ ਵੀ ਸਾਰੇ ਕਾਰੋਬਾਰ ਖੇਤੀਬਾੜੀ ਨੂੰ ਬਰਬਾਦ ਕਰ ਦਿੱਤਾ ਹੈ ਤੇ ਪਰ ਇਸ ਦੌਰਾਨ ਲੱਖ ਕਿਸਾਨ ਲਈ ਇੱਕ ਵੱਡੀ ਖਬਰ ਹੈ ਬਨਾਸ ਡੇਰੀ ਨੇ ਆਪਣੇ ਕਿਸਾਨਾਂ ਨੂੰ ਲੱਖਣ ਪੈਦਾ ਬੋਨਸ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਤਹਿਤ ਬੰਸ ਡੇਰੀ ਹਰ ਕਿਸਾਨ ਦੇ ਖਾਤੇ ਵਿੱਚ ਲੱਖ ਰੁਪਏ ਭੇਜੇਗੀ ਅਤੇ ਬੰਸ ਕਾਠਾ ਜ਼ਿਲ੍ਹਾ ਸਹਿਕਾਰੀ ਮਲਕ ਫੈਡਰੇਸ਼ਨ ਦੇ ਚੇਅਰਮੈਨ ਸ਼ੰਕਰ ਭਾਈ ਚੌਧਰੀ ਨੇ ਆਪਣੇ 5 ਲੱਖ ਤੋਂ ਵੱਧ ਪਸ਼ੂ ਪਾਲਕਾਂ 1128 ਕਰੋੜ ਰੁਪਏ ਦਾ ਬੋਨਸ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਤਦ ਇਹ ਬੋਨਸ ਅਗਲੇ ਮਹੀਨੇ ਅਗਸਤ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿੱਚ ਕਿਸੇ ਵੀ ਸਹਿਕਾਰਾਈ ਡੈਰੀ ਵੱਲੋਂ ਹੁਣ ਤੱਕ ਐਲਾਨ ਹੁਣ ਤੱਕ ਦਾ ਐਲਾਨ ਕੀਤਾ ਗਿਆ ਸਭ ਤੋਂ ਵੱਡਾ ਬੋਨਸ ਦੱਸਿਆ ਜਾ ਰਿਹਾ ਹੈ SBI ਦੀ 6100 ਅਸਾਮੀਆਂ ਤੇ ਭਾਰਤ ਲਈ 26 ਜੁਲਾਈ ਜਾਨਕਿ ਅੱਜ ਆਖਰੀ ਤਰੀਕ ਗ੍ਰੈਜੂਏਟ ਕਰ ਸਕਦੇ ਨੇ ਭਲਾਈ ਜੀ ਸ਼ਾ ਦੋਸਤੋ ਸਟੇਟ ਬੈਂਕ ਆਫ ਇੰਡੀਆ ਵੱਲੋਂ ਕੱਢੀਆਂ ਗਈਆਂ 600 ਅਪ੍ਰੈਂਟਿਸ ਅਸਾਮੀਆਂ ਦੀ ਭਾਰਤੀ ਲਈ ਅਰਜੀ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 26 ਜੁਲਾਈ ਜਾਨਕਿ ਅੱਜ ਹੈ ਜੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ SBI ਦੀ ਅਧਿਕਾਰਤ ਸਾਈਟ sbi.co.in ਤੇ ਆਨਲਾਈਨ ਅਰਜੀ ਦੇ ਸਕਦੇ ਨੇ ਚੋਣ ਲਈ ਉਮੀਦਵਾਰ ਨੂੰ ਭਾਰਤੀ ਟੈਸਟ ਦੇਣਾ ਪਵੇਗਾ ਪ੍ਰੀਖਿਆ ਅਗਸਤ ਵਿੱਚ आयोजित ਕੀਤੇ ਜਾਵਗੇ ਤੇ SBI ਦੀ ਨੋਟੀਫਿਕੇਸ਼ਨ ਅਨੁਸਾਰ ਅਪ੍ਰੈਂਟਿਸ ਅਸਾਮੀਆਂ ਲਈ ਉਮੀਦਵਾਰ ਨੂੰ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਹੋਣਾ ਚਾਹੀਦਾ ਤੇ ਅਪ੍ਰੈਂਟਿਸਸ਼ਿਪ ਪੋਸਟਾਂ ਦੀਆਂ ਭਾਗਤੀਆਂ ਬਹੁਤ ਸਾਰੇ ਰਾਜਾਂ ਦੀਆਂ ਅਤੇ ਵੱਖ-ਵੱਖ ਭਾਸ਼ਾਵਾਂ ਲੈਣੇ ਉਮਰ ਹੱਦ ਜਿਹੜੀ ਘੱਟੋ-ਘੱਟ 20 ਸਾਲ ਤੋਂ 28 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਉਮੀਦਵਾਰ ਦਾ ਜਨਮਕ੍ਰਮਬ 2092 ਤੇ 31 ਅਕਤੂਬਰ 2020 ਦੇ ਵਿਚਕਾਰ ਹੋਣਾ ਜ਼ਾਹੀਦਾ ਹੈ हरियाणा 15 ਅਗਸਤ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਖੇਤੀ ਕਰੋਨਾ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਤਾਂ ਖੇਤੀ ਕੂਨਾਂ ਖਿਲਾਫ ਟਟੀਆਂ ਕਿਸਾਂ ਜਥੇ ਬੰਦੀਆਂ ਨੇ ਹਰਿਆਣਾ ਵਿੱਚ ਵੱਡਾ ਫੈਸਲਾ ਲਿਆ ਫੈਸਲੇ ਅਮਤਾਕ ਰਿਲੀ ਤੋਂ ਬਾਅਦ ਹੁਣ ਹਰਿਆਣੇ ਵਿੱਚ ਟਰੈਕਟਰ ਪਰੇਡ ਹੋਵੇਗੀ ਤੇ ਹਰਿਆਣਾ ਦੇ ਜੀਨ ਵਿੱਚ ਕਿਸਾਨਾਂ ਨੇ ਵੱਡਾ ਫੈਸਲਾ 15 ਅਗਸਤ ਨੂੰ ਸਰਕਾਰ ਦੇ ਕਿਸੇ ਮੰਤਰੀ ਨੂੰ ਝੰਡਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ ਤੇ ਅਜਾ ਦਿਨ ਕਿਸਾਨ ਜ਼ਿਲ੍ਹੇ ਵਿੱਚ ਰੋਸ ਬਾਜ਼ ਵਿੱਚ ਕਰਨਗੇ ਤੇ ਕਿਸਾਨਾਂ ਨੇ ਇਹ ਲੜ ਕਿਹਾ ਕਿ ਕਿਸਾਨ ਟਰੈਕਟਰ ਟਾਲੀਆਂ ਵਿੱਚ ਸਵਾਰ ਹੋ ਕੇ ਆਪਣੀਆਂ ਝਾਕੀਆਂ ਕਰਨਗੇ ਤੇ ਜੀਨ ਦੇ ਖੜਕੜ ਟੋਲ ਤੋਂ ਲੈ ਕੇ ਸ਼ਹਿਰ ਤੱਕ ਕਿਸਾਨ ਪ੍ਰਦਰਸ਼ਨ ਕਰਨਗੇ ਤੇ ਕਿਸਾਨ ਖੇਤੀ ਨਾਲ ਜੁੜੇ ਸਾਰੇ ਸੰਗਤਾਂ ਨਾਲ ਸੜਕਾਂ ਤੇ ਉਤਰਨਗੇ ਤੇ ਟਰੈਕਟਰ ਮਾਰਚ ਕਰਨਗੇ ਈ ਟਰੈਕਟਰ ਤੇ 600 ਕਿਸਾਨਾਂ ਨੂੰ ਮਿਲੇਗੀ 25 ਫੀਸਦੀ ਦੀ ਸ਼ੋਰਟ ਜੀ ਹਾਂ ਦੋਸਤੋ ਹਰਿਆਣਾ ਸਰਕਾਰ ਇਲੈਕਟ੍ਰੋਨਿਕਾ ਇਲੈਕਟ੍ਰੋਨਿਕ ਵਾਹਨਾਂ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਜੂਨ ਮਹੀਨੇ ਤੋਂ 30 ਸਤੰਬਰ ਤੱਕ ਇਲੈਕਟ੍ਰਿਕ ਟਰੈਕਟਰ ਖਰੀਦਣ ਜਾਂ ਬੁੱਕ ਕਰਵਾਉਣ ਤੇ 600 ਕਿਸਾਨਾਂ ਨੂੰ 25 ਫੀਸਦੀ ਸਬਸਿਡੀ ਪ੍ਰਦਾਨ ਕਰੇਗੀ ਤਾਂ ਸੂਬਾ ਸਰਕਾਰ ਨੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਖੇਤੀ ਖੇਤਰ ਦੇ ਇਹ ਯੋਜਨਾ ਸ਼ੁਰੂ ਕੀਤੀ ਹੈ ਤੇ ਬਿਨੇ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਜੇਕਰ ਇਸ ਤੋਂ ਵੱਧ ਰਹੀ ਤਾਂ ਲੱਕੀ ਡਰਾ ਰਾਹੀਨਾ ਕੱਢੇ ਜਾਣਗੇ ਸਾਲ 2022-23 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਪ੍ਰਦੂਸ਼ਣ ਮੁਕਤ ਖੇਤੀ ਦੇ ਟੀਚੇ ਨੂੰ ਧਿਆਨ ਵਿੱਚ ਰੱਖ ਕੇ ਇਹ ਟਰੈਕਟਰ ਦੀ ਖਰੀਦ ਤੇ ਸਬਸਿਡੀ ਦੀ ਸਹੂਲਤਾ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਬਿਨੇ ਕਰਦਾ ਕਿ ਕਿਸਾਨਾਂ ਦਾ ਆਪਣੇ ਨੇੜੇ ਦੀ ਸੀਐਸਸੀ ਕੇਂਦਰ ਤੇ ਜਾ ਕੇ ਸਹੀ ਯੋਜਨਾ ਦਾ ਲਾਭ ਲੈ ਲਈ। ਬਿਨੇ ਕਰ ਸਕਦੇ ਨੇ ਮਾਹਿਰਾਂ ਦਾ ਮੰਨਣਾ ਕਿ ਡੀਜ਼ਲ ਟਰੈਕਟਰ ਦੇ ਮੁਕਾਬਲੇ ਇਲੈਕਟ੍ਰਿਕ ਟਰੈਕਟਰ ਦਾ ਰੱਖ-ਰਖਾਅ ਕਾਫੀ ਥੀਵੀ ਹੈ ਤੇ ਨਾਲ ਹੀ ਇਲੈਕਟ੍ਰਿਕ ਟਰੈਕਟਰ ਦੀ ਵਰਤੋਂ ਦੇ ਡੀਜ਼ਲ ਟਰੈਕਟਰ ਦੇ ਮੁਕਾਬਲੇ ਵਿੱਚ ਖੇਤੀ ਕਰਨ ਤੇ 1/4 ਹੀ ਖਰਚ ਆਉਂਦਾ ਅਨੁਮਾਨ ਜਤਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਸੰਸਦ ਦੇ ਮਾਨਸੂਨ ਸੈਸ਼ਨ 'ਚ ਬਿਜਲੀ ਸੋਧ ਬਿੱਲ 2021 ਪਾਸ ਕਰਵਾਉਣ ਦੀ ਤਿਆਰੀ ਕੇਂਦਰੀ ਮੰਤਰੀ ਮੰਡਲ ਅਗਲੇ ਕੁਝ ਦਿਨਾਂ ਵਿੱਚ ਬਿਜਲੀ ਸੋਧ ਬਿੱਲ 2021 ਨੂੰ ਮਨਜ਼ੂਰੀ ਦੇਤੇ ਵਿਚਾਰ ਕਰ ਸਕਦਾ ਹੈ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਦੂਰ ਸੰਚਾਰ ਸੇਵਾਵਾਂ ਦੀ ਤਰ੍ਹਾਂ ਬਿਜਲੀ ਹਫ਼ਤਕਰਨ ਨੂੰ ਆਪਣੀ ਪਸੰਦ ਦੀਆਂ ਕੰਪਨੀਆਂ ਚੁਣਨ ਦਾ ਅਧਿਕਾਰ ਹੋਵੇਗਾ ਤੇ ਸਰਕਾਰ ਦਾ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਇਹ ਬਿੱਲ ਲਿਆਉਣ ਦਾ ਇਰਾਦਾ ਸੂਤਰ ਨੇ ਕਿਹਾ ਹੈ ਕਿ ਬਿਜਲੀ ਬਿੱਲ 2021 ਨੂੰ ਅਗਲੇ ਦਿਨਾਂ ਵਿੱਚ ਵਿਚਾਰ ਅਤੇ ਪ੍ਰਵਾਨਗੀ ਲਈ ਕੇਂਦਰ ਕੈਬਨਟ ਅੱਗੇ ਪੇਸ਼ ਕੀਤਾ ਜਾ ਸਕਦਾ ਤੇ 12 ਚਲੇ ਨੂੰ ਜਾਰੀ ਲੋਕ ਸਭਾ ਦੇ ਬਲੇਟਨ ਸਰ ਬਿਜਲੀ ਸੁਵਧ ਬਿੱਲ ਨਾ ਨਵੇਂ 17 ਬਿੱਲਾਂ ਵਿੱਚੋਂ ਇੱਕ ਹੈ ਜਿਨਾਂ ਨੂੰ ਸਰਕਾਰ ਨੇ ਸੰਸਦ ਦੇ ਮੌਜੂਦਾ ਸੈਸ਼ਨ ਵਿੱਚ ਪੇਸ਼ ਕਰਨ ਲਈ ਸੂਚੀਬਾਦ ਦੇ ਕੀਤਾ ਹੋਇਆ ਹੈ ਪੰਜਾਬ ਐਲੀ ਭਾਗਵਤ ਚ ਭਾਰਤੀਆਂ ਲਈ ਆਖਰੀ ਮਿਤੀ ਚ ਹੋਇਆ ਵਾਧਾ ਜਿਹਨਾਂ ਉਤੇ ਪੀਐਸਪੀਸੀਐਲ ਰਿਕੁਆਇਰਮੈਂਟ 2021 ਪੰਜਾਬ ਜੈੱਡ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜੂਨੀਅਰ ਇੰਜੀਨੀਅਰ ਸਮੇਤ ਵੱਖ-ਵੱਖ ਅਹੁਦਿਆਂ ਲਈ ਬਿਨੈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪਹਿਲਾ ਬਿਨੈ ਕਰਨ ਦੀ ਆਖਰੀ ਮਿਤੀ 20 ਜੂਨ 2021 ਸੀ ਜਿਹੜਾ ਵਾਧਾ ਦਿੱਤੀ ਗਿਆ ਤੇ ਇਹਨਾਂ ਉਮੀਦਵਾਰਾਂ ਨੇ ਜਿੰਨਾ ਉਮੀਦਵਾਰਾਂ ਨੇ ਹਜੇ ਬਿਨੈ ਨਹੀਂ ਕੀਤਾ ਉਹ ਅਧਿਕਾਰਤ ਵੈੱਬਸਾਈਟ ਪੀਐਸਪੀਸੀਐਲ.in ਤੇ ਰਾਹੀਂ 28 ਜੁਲਾਈ 2021 ਤੱਕ ਬਿਨੈ ਕਰ ਸਕਦੇ ਨੇ ਜਾਈ ਨੋਟੀਫਿਕੇਸ਼ਨ ਅਨਸਾਰ ਵੱਖ-ਵੱਖ ਅ ਭਾਰਤੀਆਂ ਕੀਤੀਆਂ ਜਾਣੀਆਂ ਨੇ ਇਸ ਸਮੇਂ ਵਾਲੀ ਚਾਵਨ ਉਮੀਦਵਾਰਾਂ ਨੂੰ ਪੀਐਸਪੀਸੀਐਲ ਦੁਆਰਾ ਜਾਰੀ ਅਧਿਕਾਰ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਹੀ ਅਰਜੀ ਦੇਣੀ ਚਾਹੀਦੀ ਹੈ। ਤਕੈਦ ਨੇ ਮੋਦੀ ਸਰਕਾਰ ਨੂੰ ਦਿੱਤੀ ਵੱਡੀ ਚੇਤਾਵਨੀ ਅਗਲੇ 35 ਮਹੀਨਿਆਂ ਦੀ ਫੁੱਲ ਤਿਆਰੀ ਪਾਰਤੀ ਕਿਸਾਨੀਆਂ ਨੇ ਦੇ ਨੂੰ ਬੁਲਾਰੇ ਰਾਕੇਸ਼ ਤਕੈਦ ਨੇ ਮੋਦੀ ਸਰਕਾਰ ਨੂੰ ਮਰਚ ਚੇਤਾਵਨੀ ਦਿੱਤੀ ਉਹਨਾਂ ਨੇ ਕਿਹਾ ਕਿ ਕਿਸਾਨ ਕਿਸੇ ਵੀ ਸ਼ਕਤੀ ਤੋਂ ਡਰਨ ਵਾਲੇ ਨਹੀਂ ਨੇ ਜੇ ਕੇਂਦਰ ਸਰਕਾਰ ਅੜੀ ਹੋਈ ਹੈ ਤਾਂ ਕਿਸਾਨ ਵੀ ਅਗਲੇ 35 ਮਹੀਨੇ ਅੰਦੋਲਨ ਜਾਰੀ ਰੱਖਣਗੇ ਤਾਂ ਤਕੈਦ ਨੇ ਕਿਹਾ ਕਿ ਸਰਕਾਰ ਜਿਹੜੇ ਹਾਲਾਤ ਬਾਰੇ ਗੱਲ ਕਰਨਾ ਚਾਹੁੰਦੀ ਹੈ ਜਦੋਂ ਕਿ ਕਿਸਾਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਿਨਾ ਕੁਝ ਵੀ ਸਵੀਕਾਰ ਨਹੀਂ ਕਰਨਗੇ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਸ਼ਕਤੀ ਬਾਰੇ ਉਹਨਾਂ ਨੇ ਕਿਹਾ ਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਡਰਨ ਵਾਲੇ ਨਹੀਂ ਕੁਝ ਮੋਰਚਿਆਂ ਉੱਪਰ ਇਕੱਠ ਘੱਟ ਹੋਣ ਬਾਰੇ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਕਿਸਾਨਾਂ ਦੀ ਤਾਕਤ ਦੇਖਣਾ ਚਾਹੇਗੀ ਤਾਂ 5 ਲੱਖ ਟਰੈਕਟਰ ਫਿਰ ਦਿੱਲੀ ਪਹੁੰਚ ਜਾਣਗੇ। ਟਕੈਤ ਨੇ ਗੁਰਨਾਮ ਸਿੰਘ ਚਡੋਨੀ ਨੂੰ ਕੁਝ ਸਮੇਂ ਲਈ ਵਕਫ ਕਰਨ ਬਾਰੇ ਕਿਹਾ ਤਾਂ ਉਹ ਚੋਣਾ ਬਾਰੇ ਗੱਲ ਕਰ ਰਹੇ ਸਨ ਪਰ ਮੋਰਚਾ ਚੋਣਾ ਲੜਨ ਦੇ ਹੱਕ ਵਿੱਚ ਨਹੀਂ ਹੈ। ਯੂਏਈ ਨੇ ਭਾਰਤ ਯੂਡਾਨਾਂ ਤੇ ਲੱਗੀ پابੰਦੀ ਦੀ ਮਿਆਦ ਵਧਾਈ ਸੰਯੁਕਤ ਅਰਬ ਅਮੀਰਾ ਦੇ ਯਾਨੀ ਕਿ ਯੂਏਈ ਸਰਕਾਰ ਨੇ ਭਾਰਤ ਬੰਗਲਾਦੇਸ਼ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਦੁਬਈ ਲਈ ਉਡਾਨਾਂ ਤੇ پابੰਦੀ ਦੀ ਮਿਆਦ 28 ਜੁਲਾਈ ਤੱਕ ਵਧਾ ਦਿੱਤੀ ਹੈ ਯੂਏਈ 에ਅਰਲਾਈਨ ਨੇ ਜਾਰੀਡ ਅਡਵਾਈਜ਼ਰੀ ਵਿੱਚ ਕਿਹਾ ਹੈ ਕਿ ਪਿਛਲੇ 14 ਦਿਨਾਂ ਵਿੱਚ ਭਾਰਤ ਪਾਕਿਸਤਾਨ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਯੂਏਈ ਦੀ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤਾਂ ਦੋਸਤੋ ਇਸੀਆਂ ਆਪਣੀਆਂ ਅੱਜ ਦਿਨ ਭਰ ਦੀਆਂ ਤਾਜ਼ਾ ਵੱਡੀਆਂ ਖਬਰਾਂ ਸਾਡੇ ਦੁਆਰਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਨ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਨਵੀਆਂ ਖਬਰਾਂ ਲੈ ਕੇ ਆਉਣ ਦੇ ਲਈ ਐਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ